ਉਹਨਾਂ ਨੇ ਗੁਟਕਾ ਫੜ ਕੇ ਮਤਲਬ ਪਰਮਾਤਮਾ ਨਾਲ ਵੀ ਠੱਗੀ ਕੀਤੀ ਹੈ। ਕਿਹਾ ਕਿ ਮੈਂ ਆਹ ਗੁਟਕਾ ਮੇਰੇ ਕੋਲ, ਮੈਂ ਹਰ ਘਰ ਦੇ ਇੱਕ ਇੱਕ ਬੰਦੇ ਨੂੰ ਨੌਕਰੀ ਦਿਆਂਗਾ, ਮੈਂ ਸਾਰੇ ਆਪਣੇ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ ਕਰਾਂਗਾ। ਇਸ ਤਰ੍ਹਾਂ ਕਰਕੇ ਕਈ ਗੱਲਾਂ ਆਖੀਆਂ, ਹੁਣ ਸਾਰਿਆਂ ਤੋਂ ਭੱਜ ਗਏ। ਰੇਟਿੰਗ ਦਿੰਦਿਆਂ ਵੀ ਸ਼ਰਮ ਆਉਂਦੀ ਹੈ, ਅਸੀਂ ਪੰਜਾਬ ਦਾ ਨਾਂ ਵੀ ਬਦਨਾਮ ਕਰਨਾ ਨਹੀਂ ਚਾਹੁੰਦੇ। ਦੇਖੋ ਉਹਨਾਂ ਨੇ ਗੁਟਕਾ ਫੜ ਕੇ ਮਤਲਬ ਪਰਮਾਤਮਾ ਨਾਲ ਵੀ ਠੱਗੀ ਕੀਤੀ ਹੈ। ਕਿਹਾ ਕਿ ਮੈਂ ਆਹ ਗੁਟਕਾ ਮੇਰੇ ਕੋਲ, ਮੈਂ ਹਰ ਘਰ ਦੇ ਇੱਕ ਇੱਕ ਬੰਦੇ ਨੂੰ ਨੌਕਰੀ ਦਿਆਂਗਾ, ਮੈਂ ਸਾਰੇ ਆਪਣੇ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ ਕਰਾਂਗਾ। ਇਸ ਤਰ੍ਹਾਂ ਕਰਕੇ ਕਈ ਗੱਲਾਂ ਆਖੀਆਂ, ਹੁਣ ਸਾਰਿਆਂ ਤੋਂ ਭੱਜ ਗਏ। ਰੇਟਿੰਗ ਦਿੰਦਿਆਂ ਵੀ ਸ਼ਰਮ ਆਉਂਦੀ ਹੈ, ਅਸੀਂ ਪੰਜਾਬ ਦਾ ਨਾਂ ਵੀ ਬਦਨਾਮ ਕਰਨਾ ਨਹੀਂ ਚਾਹੁੰਦੇ।